ਦੋਸਤੋ ਮੈਂ ਮਨਦੀਪ ਸਿੰਘ ਫਰੋਮ ਆਸਟ੍ਰੇਲੀਆ ਅਤੇ ਅੱਜ ਦੀ ਵੀਡੀਓ ਮੇਰੇ NRI ਫਰੈਂਡਸ ਲਈ, ਭੈਣਾਂ ਲਈ, ਭਰਾਵਾਂ ਲਈ ਮੈਂ ਇੱਕ ਹੱਡ ਬੀਤੀ ਸਟੋਰੀ ਸੁਣਾਉਣ ਜਾ ਰਿਹਾ ਅਤੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਿਹਾ। ਮੈਂ 26 July ਨੂੰ ਵਾਪਸ ਆਇਆ ਸੀ ਇੰਡੀਆ ਤੋਂ, ਫਲਾਈਟ ਸੀ ਮੇਰੀ ਅੰਮ੍ਰਿਤਸਰ ਤੋਂ, ਅਤੇ ਤੁਹਾਨੂੰ ਤੁਹਾਡੇ ਸਾਰਿਆਂ ਨਾਲ ਵੀ ਹੁੰਦੇ ਹੋਊਗਾ ਜਦੋਂ ਤੁਸੀਂ ਇੰਡੀਆ ਜਾਂਦੇ ਹਾਂ, ਆਪਾਂ ਇੰਡੀਆ ਜਾਂਦੇ ਹਾਂ ਅਤੇ ਨੋਰਮਲੀ ਕੋਈ ਰਿਸ਼ਤੇਦਾਰ, ਕੋਈ ਫਰੈਂਡਸ, ਕੋਈ ਅੱਗੋਂ ਦੇ ਅੱਗੋਂ ਰਿਸ਼ਤੇਦਾਰ ਹੀ ਘਰ ਆ ਜਾਂਦੇ ਆ ਜਾਂ ਫੋਨ ਆ ਜਾਂਦਾ ਕਿ ਭਾਈ ਸਾਡੀ ਦਵਾਈ ਲੈ ਕੇ ਜ਼ਰੂਰ ਜਾਇਓ। ਦਵਾਈ ਦੇ ਨਾਂ 'ਤੇ ਆਪਾਂ ਥੋੜ੍ਹੀ ਇਮੋਸ਼ਨਲ ਹੋ ਜਾਂਦੇ, ਚਲੋ ਯਾਰ ਲੈ ਜਾਂਗੇ, ਇੱਦਾਂ ਹੀ ਮੈਂ ਹੋਇਆ। ਮੈਨੂੰ ਫੋਨ ਆਇਆ ਖਾਸ ਫਰੈਂਡ ਦੇ ਤਾਂ ਫਰੈਂਡ ਦਾ, ਅਤੇ ਇੱਦਾਂ ਕਰਕੇ ਮੇਰੀ ਭਾਬੀ ਨੂੰ ਹੱਥਾਂ ਦੀ ਪ੍ਰੋਬਲਮ ਆ, ਸਕਿਨ ਪ੍ਰੋਬਲਮ ਆ, ਅਤੇ ਉਹਨਾਂ ਵਾਸਤੇ ਦਵਾਈ ਲੈ ਕੇ ਜਾਣੀ ਆ ਅਤੇ ਪਲੀਜ਼ ਲੈ ਜਿਓ ਅਤੇ ਮੈਂ ਤੁਹਾਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਫੜਾਊਂਗਾ। ਅਤੇ ਬਿਨਾਂ ਸੋਚੇ ਸਮਝੇ ਮੈਂ ਕਹਿ ਤਾ ਠੀਕ ਆ, ਓਕੇ, ਨੋ ਵਰੀਸ, ਲੈ ਜਾਂਗੇ ਭਾਈ। ਅਤੇ 26 July ਨੂੰ ਸੁਬਹਾ ਅੰਮ੍ਰਿਤਸਰ ਏਅਰਪੋਰਟ 'ਤੇ ਮਿਲਣ ਦਾ ਟਾਈਮ ਸੀ, ਫਲਾਈਟ ਸੀ ਮੇਰੀ ਸੁਬਹਾ 7 ਵਜੇ, ਪਰ ਲੱਕੀਲੀ ਮੈਂ ਢਾਬੇ 'ਤੇ ਰੁਕ ਗਿਆ ਪਿੱਛੇ 10 ਮਿੰਟ ਪਹਿਲਾਂ, ਅਤੇ ਉਹਦੀ ਮੇਰਾ ਫੋਨ ਆਇਆ ਬੰਦੇ ਦਾ ਅਤੇ ਮੈਨੂੰ ਫੋਨ ਕਰਕੇ ਦੇ ਢਾਬੇ 'ਤੇ ਮਿਲਣੀ ਆ ਗਏ ਅਤੇ ਦਵਾਈ ਫੜਾ ਗਿਆ, 4 ਕੁ ਪੱਤੇ ਗੋਲੀਆਂ ਸੀਗੀਆਂ, ਸਕਿਨ ਦੀ ਦਵਾਈ ਸੀ ਅਤੇ ਨਾਲ ਇੱਕ ਆਯੁਰਵੈਦਿਕ ਡੱਬੀ ਸੀ। ਮੈਂ ਦਵਾਈ ਫੜ ਲਈ ਅਤੇ ਓਕੇ ਏਅਰਪੋਰਟ 'ਤੇ ਚਲਾ ਗਿਆ ਏਅਰ, ਪਰ ਮਨ 'ਚ ਡਾਊਟ ਆਇਆ, ਬੰਦਾ ਪਹਿਲਾਂ ਕਦੇ ਵੇਖਿਆ ਨਹੀਂ ਸੀ ਜ਼ਿੰਦਗੀ 'ਚ, ਮੈਂ ਪਹਿਲਾਂ ਫਸਟ ਟਾਈਮ ਦੇਖਿਆ ਅਤੇ ਬੰਦੇ ਦਾ ਗੱਲਬਾਤ ਕਰਨ ਦਾ ਤਰੀਕਾ ਅਤੇ ਉਹਦੀ ਸ਼ਕਲ, ਫੇਸ ਇੰਪ੍ਰੈਸ਼ਨ ਕੁਝ ਸਹੀ ਨਹੀਂ ਲੱਗੇ ਮੈਨੂੰ। ਤਾਂ ਮੈਂ ਏਅਰਪੋਰਟ 'ਤੇ ਬਾਹਰ ਹੀ ਖੜ੍ਹ ਕੇ ਸਾਡੇ ਅੰਕਲ ਹੈਗੇ ਆ ਡਾਕਟਰ ਸਾਹਿਬ, ਉਹ ਗੁਲਾਟੀ ਅੰਕਲ, ਉਹਨਾਂ ਨੂੰ ਫੋਨ ਕੀਤਾ ਸੁਬਹ ਹੀ ਅਤੇ ਉਹਨਾਂ ਨਾਲ ਡਿਸਕਸ਼ਨ ਕੀਤੀ ਕਿ ਵੀ ਉੱਦਾਂ ਕਰਕੇ ਵੀ ਬੰਦਾ ਦਵਾਈ ਫੜਾ ਕੇ ਗਿਆ ਅਤੇ ਤੁਸੀਂ ਦੱਸਿਓ ਮਤਲਬ ਠੀਕ ਹੈ। ਦਵਾਈ ਤਾਂ ਠੀਕ ਸੀ, ਸਕਿਨ ਦੀ ਦਵਾਈ ਸੀ, ਸਹੀ ਸੀ, ਪਰ ਜਿਹੜੀ ਆਯੁਰਵੈਦਿਕ ਦਵਾਈ ਸੀ ਉਹ ਅੰਕਲ ਜੀ ਨੂੰ ਕਹਿਣ ਦੇ ਅਕੋਰਡਿੰਗ ਵੀ ਉਹ ਖੋਲ੍ਹ ਕੇ ਦੇਖ, ਓਪਨ ਤਾਂ ਨਹੀਂ ਕਿਤੇ ਉਹ, ਪਰ ਜਿਵੇਂ ਖੋਲ੍ਹੀ ਤਾਂ ਓਪਨ ਹੀ ਸੀ ਅਤੇ ਵਿੱਚ ਉਹਦੇ ਕੈਪਸੂਲ ਸੀ। ਮੈਂ ਅੰਕਲ ਨੂੰ ਦੱਸਿਆ ਵੀ ਅੰਕਲ ਕੈਪਸੂਲਸ ਆ ਜਸਟ ਨੋਰਮਲ, ਅਤੇ ਅੰਕਲ ਕਹਿੰਦੇ ਨਹੀਂ ਇਹਦੇ ਵਿੱਚ ਤਾਂ ਕੈਪਸੂਲ ਹੁੰਦੇ ਨਹੀਂ, ਸਿਰਫ ਗੋਲੀਆਂ ਹੁੰਦੀਆਂ। ਕੈਪਸੂਲ ਖੋਲ੍ਹ ਕੇ ਵੇਖੇ ਤਾਂ ਉਹਦੇ ਵਿੱਚ ਅਫੀਮ ਸੀ, 1 ਖੋਲ੍ਹਿਆ, 2 ਖੋਲ੍ਹੇ, 4 ਖੋਲ੍ਹੇ, 5 ਖੋਲ੍ਹੇ, ਸਾਰਿਆਂ 'ਚ ਅਫੀਮ। ਹੁਣ ਜੇ ਮੈਂ ਉਹ ਲੈ ਜਾਂਦਾ ਜਾਂ ਅੰਮ੍ਰਿਤਸਰ ਏਅਰਪੋਰਟ 'ਤੇ ਫੜ ਲੈਣਾ ਸੀ ਜਾਂ ਆਸਟ੍ਰੇਲੀਆ 'ਤੇ ਫੜ ਲੈਣਾ ਸੀ, ਆਸਟ੍ਰੇਲੀਆ ਡੈਫੀਨੇਟਲੀ ਫੜ ਹੀ ਲੈਣਾ ਸੀ, ਬਹੁਤ ਸਟ੍ਰਿਕਟ ਹੈ ਇੱਥੇ, ਲਾਈਫ ਖਤਮ ਸੀ, ਪਰਿਵਾਰ ਖਤਮ ਸੀ। ਸੋਚਣ ਵਾਲੀ ਗੱਲ ਇੱਕ ਨਿੱਕੀ ਜਿਹੀ ਗੱਲ, ਬੰਦੇ ਨੇ ਬਿਨਾਂ ਸੋਚੇ ਸਮਝੇ ਮੰਗਾ ਲਈ ਅਤੇ ਬਿਨਾਂ ਸੋਚੇ ਸਮਝੇ ਉਹ ਦੂਜੇ ਨੇ ਬੰਦੇ ਨੇ ਫੜਾ ਤੇ, ਉਹਨਾਂ ਦੇ ਦਿਮਾਗ 'ਚ ਕੋਈ ਗੱਲ ਨਹੀਂ ਹੈ ਕਿ ਉਹ ਬੰਦੇ ਨਾਲ ਕੀ ਹੋਊ, ਜਿਹੜਾ ਲੈ ਕੇ ਜਾਊ ਫੜਿਆ ਗਿਆ ਤਾਂ ਕੀ ਹੋਊ। ਮਕਸਦ ਮੇਰਾ ਇਹੀ ਹੈ ਤੁਹਾਨੂੰ ਅੱਜ ਕਹਿਣ ਦਾ, ਦੱਸਣ ਦਾ, ਵੀਡੀਓ ਬਣਾਉਣ ਦਾ, ਕਿ ਕੋਈ ਵੀ ਬੰਦਾ ਤੁਹਾਨੂੰ ਦਵਾਈ ਫੜਾਉਂਦਾ ਦਵਾਈ ਨਾ ਫੜੋ, ਚਾਹੇ ਬਹੁਤ ਖਾਸ ਹੈ ਚਾਹੇ ਬਹੁਤ ਦੂਰ ਦਾ ਬੰਦਾ ਹੈਗਾ, ਕਿੰਨਾ ਮਰਜ਼ੀ ਬਿਮਾਰ ਹੈ, ਜੇ ਬਿਮਾਰ ਆ ਤਾਂ ਉੱਥੋਂ ਬਾਹਰੋਂ ਦਵਾਈ ਮਿਲਦੀ ਆ, ਕੱਲ ਇੰਡੀਆ ਦਵਾਈ ਨਹੀਂ ਮਿਲਦੀ ਹੈਗੀ। ਸੋ ਲਿਕੁਇਡ ਦਵਾਈ ਕਦੇ ਨਾ ਫੜੋ, ਕੈਪਸੂਲ ਕਦੇ ਨਾ ਫੜੋ, ਆਯੁਰਵੈਦਿਕ ਦਵਾਈ ਕਦੇ ਨਾ ਫੜੋ। ਤੁਹਾਨੂੰ ਪਤਾ ਆਪਾਂ ਇੱਥੇ ਕਿੰਨੀ ਮਿਹਨਤ ਕਰਦੇ ਹਾਂ, ਕਿੰਨੀ ਮਿਹਨਤ ਕਰਨ ਦੇ ਬਾਅਦ ਆਪਾਂ ਇੱਥੇ ਧੱਕੇ ਖਾ ਕੇ ਪੱਕੇ ਹੁੰਦੇ ਹਾਂ, ਮਿਹਨਤ ਆਪਣੇ ਨਾਲ ਕਿੰਨੀਆਂ ਜ਼ਿੰਦਗੀਆਂ ਜੁੜੀਆਂ ਹੋਈਆਂ, ਹਰ ਜ਼ਿੰਦਗੀ ਨਾਲ ਜ਼ਿੰਦਗੀ ਜੁੜੀ ਹੁੰਦੀ ਆ। ਸੋ ਮੈਂ ਉਹ ਬੰਦੇ ਦਾ ਨਾਮ ਤਾਂ ਨਹੀਂ ਲਊਂਗਾ, ਪਰ ਉਹ ਬੰਦੇ ਨੂੰ ਸ਼ਰਮ ਜ਼ਰੂਰ ਦਿੱਤੀ ਆ ਅਤੇ ਦਊਂਗਾ ਵੀ, ਅਤੇ ਬਚ ਕੇ ਦੋਸਤੋ, ਬਸ ਬਚ ਕੇ, ਸਤਿ ਸ਼੍ਰੀ ਅਕਾਲ, ਥੈਂਕ ਯੂ।